ਦੇਖੋ ਜੀ, ਮਾਮਲਾ ਸਾਡੇ ਛੱਪੜ ਦਾ ਵਾ। ਸਾਡਾ ਛੱਪੜ ਜਿਹੜਾ ਵਾ ਨਾ, ਪਿਛਲੇ ਸਰ ਮੇਰੀ ਉਮਰ ਆ ਤਕਰੀਬਨ 35 ਸਾਲ ਆ, ਅਤੇ ਮੈਂ ਤਾਂ ਕਦੀ ਵੇਖਿਆ ਨਹੀਂ ਜੇ। ਇੱਕ ਦੋ ਵਾਰੀ ਪਾਣੀ ਨਿਕਲਿਆ ਵਾ, ਅਤੇ ਥੋੜ੍ਹੀ ਬਾਲੀ ਸ਼ਾਇਦ ਇਹਨਾਂ ਨੇ ਕੁਛ ਮਾੜਾ ਮੋਟਾ ਕਰ ਕਰਕੇ ਪਤਾ ਨਹੀਂ ਕੀ ਕੀਤਾ, ਖੜਾਈ ਪ੍ਰੋਪਰ ਨਹੀਂ ਕਰਵਾਉਂਦੇ ਹੈ। ਜਿਹੜਾ ਛੱਪੜ ਦਾ ਕਰਕੇ ਜਦੋਂ ਵੀ ਕੋਈ ਬਾਰਿਸ਼ ਹੁੰਦੀ ਹੈ ਨਾ, ਸਾਡੇ ਪਿੰਡਾਂ ਦਾ ਹਾਲ ਦੇਖ ਲਓ ਕੀ ਆ। ਹਾਂ ਵੇਖੋ ਹਾਲ, ਲੋਕ ਜਿਹੜੇ ਤਰਾਸ ਤਰਾਸ ਕਰਦੇ ਪਿੰਡ ਆ, ਰੋਣ ਡੇ ਆ, ਅਤੇ ਜਿੱਦਣ ਇਹਨਾਂ ਲੋਕਾਂ ਦਾ ਗੁੱਸਾ ਫੁੱਟਿਆ ਨਾ, ਇਹਨਾਂ ਨੇ ਪ੍ਰਸ਼ਾਸਨ ਨੂੰ ਲੈ ਕੇ ਬਹਿ ਜਾਣਾ। ਇਹ ਕੋਈ ਧਮਕੀ ਨਹੀਂ ਹੈਗੀ, ਇਹਨਾਂ ਦਾ ਹੱਕ ਵਾ, ਇਹ ਰਾਈਟ ਆ, ਇਹਨਾਂ ਦਾ ਇਹਨਾਂ ਦੀ ਡਿਊਟੀ ਬਣਦੀ ਆ ਵੀ ਇਹ ਸਾਡੀ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨ, ਠੀਕ ਹੈ ਨਾ। ਇਹ ਕੋਈ ਇਹਨਾਂ ਦੀ ਧਮਕੀ ਨਾ ਸਾਡੀ ਸਮਝਣ ਵੀ ਇਹ ਸਾਨੂੰ ਧਮਕੀ ਦਿੰਦੇ ਜਾਂ ਕਿੱਦਾਂ, ਇਹ ਸਾਡਾ ਹੱਕ ਬਣਦਾ, ਅਸੀਂ ਹੱਕ ਲੈਣੇ ਆ, ਸਾਡੇ ਫੰਡਾਮੈਂਟਲ ਰਾਈਟ ਹੈਗੇ ਆ ਜਿਹੜੇ ਅਸੀਂ ਸਰਕਾਰ ਕੋਲ ਮੰਗ ਕਰਦੇ ਹਾਂ। ਇਹ ਸਾਡਾ ਇਨਵਾਇਰਮੈਂਟ ਆ, ਕੋਈ ਦੇਖੋ ਇਹ ਕੋਈ ਲਾਈਫ ਆ ਕਿਸੇ ਦੀ, ਕਿਸੇ ਦੀ ਜ਼ਿੰਦਗੀ ਆ, ਇਹ ਤਾਂ ਸਾਡੀ ਜ਼ਿੰਦਗੀ ਨਾਲ ਖਿਲਵਾੜ ਕਰਨ ਡਿਆ ਯਾਰ, ਹੱਦ ਹੋ ਗਈ ਇਹਨਾਂ ਦੀ। ਕਿਸੇ ਨੂੰ ਸਮਝ ਦੇਣੀ ਹੈ ਵੀ ਕਿੱਦਾਂ ਆਪਾਂ ਕਿਸੇ ਨੂੰ ਪ੍ਰੋਟੈਕਟ ਕਰਨਾ। ਅੱਜ ਸਵੇਰ ਦੀ ਜਿਹੜੀ ਬਰਸਾਤ ਹੋਈ ਉਹਦਾ ਪਾਣੀ ਹੈਗਾ ਕਿ ਪਹਿਲਾਂ ਦਾ? ਨਾ ਜੀ ਨਾ, ਇਹ ਸਵੇਰ ਦੀ ਜਿਹੜੀ ਬਰਸਾਤ ਹੋਈ, ਪਹਿਲਾਂ ਵੀ ਪਾਣੀ ਖਲੋਤਾ ਸੀ ਇੱਥੇ, ਜਿੱਦਾਂ ਬਾਰਿਸ਼ ਹੁੰਦੀ ਆ ਪਾਣੀ ਬੜੇ ਚਿਰਾਂ ਤੋਂ ਖਲੋਤਾ ਸੀ, ਅੱਜ ਬਾਰਿਸ਼ ਹੋਈ ਆ ਉਹਦਾ ਕਰਕੇ ਜ਼ਿਆਦਾ ਪਾਣੀ ਖਲੋ ਗਿਆ ਵਾ, ਘਰਾਂ ਦੇ ਵਿੱਚ ਲੋਕਾਂ ਦੇ ਪਾਣੀ ਵੜਿਆ ਪਿਆ ਵਾ, ਬੁਰਾ ਹਾਲ ਹੋਇਆ ਜੀ ਲੋਕਾਂ ਦਾ। ਕਿੰਨੇ ਕੁ ਘਰ ਕਹਿ ਸਕਦੇ ਆ ਜਿੱਥੇ ਪਾਣੀ ਖੜਾ ਹੈ? ਇਹ ਤਕਰੀਬਨ 150 ਘਰ ਹੈਗਾ ਜੀ ਇੱਥੇ, 150 ਘਰਾਂ ਨੂੰ ਤੰਗੀ ਆ। ਪਬਲਿਕ ਨਿਊਸੈਂਸ ਆ, ਇਹ ਕ੍ਰਾਈਮ ਆ, ਇਟ ਇਜ਼ ਏ ਕ੍ਰਾਈਮ, ਇਹ ਸਰਕਾਰ ਕ੍ਰਾਈਮ ਕਰਦੀ ਆ। ਜੇ ਗੱਲ ਕਰੀਏ ਸਰਕਾਰ ਤੇ ਬਦਲਾਵ ਲੈ ਕੇ ਆਈ ਹੈ, ਪਰ ਕਿੱਦਾਂ ਦਾ ਬਦਲਾਵ? ਦੇਖੋ ਸਰਕਾਰ ਦੇ ਅੱਗੇ ਅਸੀਂ ਬੇਨਤੀਆਂ ਕਰ ਚੁੱਕੇ ਹਾਂ, ਅਸੀਂ BDPO ਨੂੰ ਪਤਾ ਨਹੀਂ ਕਿੰਨੀਆਂ ਮੈਸੇਜ ਦਿੱਤੇ ਆ, ਕਿੰਨੀਆਂ ਐਪਲੀਕੇਸ਼ਨਾਂ ਦਿੱਤੀਆਂ ਵਾ, ਕਿੰਨੀਆਂ ਹੀ ਦਰਖਾਸਤਾਂ ਜਾ ਕੇ ਅਸੀਂ ਮੂੰਹ ਜ਼ਬਾਨੀ ਵੀ ਕਹਿ ਚੁੱਕੇ ਹਾਂ, ਲਿਖਤੀ ਵੀ ਦੇ ਚੁੱਕੇ ਹਾਂ, ਕੋਈ ਅਸਰ ਨਹੀਂ ਜੇ ਹੈਗਾ, ਕੋਈ ਇੱਥੇ ਕੋਈ ਅਸਰ ਨਹੀਂ ਹੋ ਰਿਹਾ। ਸਾਡੇ ਲੋਕ ਤੰਗ ਪਰੇਸ਼ਾਨ ਹੋ ਕੇ, ਸਾਡੇ ਬਾਬਾ ਜੀ ਨੇ ਵੀ ਅਨਾਊਂਸਮੈਂਟ ਕੀਤੀ ਆ ਵੀ ਤੁਸੀਂ ਨਿਕਲੋ ਬਾਹਰ ਯਾਰ, ਨਿਕਲ ਕੇ ਬਾਹਰ ਜਾ ਕੇ ਜੇ ਪ੍ਰਸ਼ਾਸਨ ਨਾਲ ਲੜਨਾ ਪੈਂਦਾ ਤਾਂ ਲੜੋ, ਇਹਨਾਂ ਕੋਲ ਮੰਗੋ ਹੱਕ, ਮੰਗੋ ਹੱਕ ਲੈਣੇ ਬਣਦੇ ਆਪਣੇ, ਆਪਾਂ ਹੱਕ ਲੈਣੇ ਆ। ਪਰ ਹੁਣ ਕਿੰਨਾ ਚਿਰ ਵੇਖੋ ਲੋਕ ਸੁੱਤੇ ਰਹਿੰਦੇ ਆ, ਇਹ ਸਾਡੀ ਹੁਣ ਆਪਣੀ ਜ਼ਮੀਰ ਆ, ਅਸੀਂ ਕਿੰਨਾ ਚਿਰ ਸੁੱਤੇ ਰਹਿੰਦੇ ਹਾਂ, ਇਹ ਉੱਠਣਾ ਪੈਣਾ, ਜਾਗਣਾ ਪੈਣਾ, ਤਾਂ ਹੀ ਹੱਕ ਮਿਲਣੇ ਆ। ਛੱਪੜ ਸਾਫ਼ ਕਿਉਂ ਨਹੀਂ ਹੋ ਰਿਹਾ ਹੈ, ਕਿਉਂ ਨਹੀਂ ਹੋ ਰਿਹਾ, ਇਹ ਪੁੱਛਣਾ ਚਾਹੀਦਾ ਪ੍ਰਸ਼ਾਸਨ ਨੂੰ, ਕਿਉਂ ਨਹੀਂ ਕਰਦੇ? ਲੋਕ ਹੈਲਥ ਡਿਪਾਰਟਮੈਂਟ ਦੀ ਕਿਤੇ ਬਿਮਾਰੀ ਦਾ ਵੀ ਜਿਹੜਾ ਖੌਫ ਜਿਹੜਾ ਬਣ ਚੁੱਕਾ, ਜਿਹੜਾ ਡੇਂਗੂ ਮਲੇਰੀਆ ਦਾ ਕਰਕੇ ਵੀ ਕੋਈ ਅਸਰ ਹੈਗਾ? ਬਹੁਤ ਬਹੁਤ ਹੈਗਾ ਜੀ, ਸੱਪ ਲੋਕਾਂ ਦੇ ਘਰ ਵੜਦੇ ਆ। ਸਾਡੇ ਇੱਥੇ ਆਹ ਘਰ ਆ ਲਾਗੇ ਸਾਹਮਣੇ, ਇੱਥੇ ਮੁੰਡੇ ਦੇ ਸੱਪ ਲੜਿਆ, ਬਿਆਸ ਹੋਸਪਿਟਲ ਉਹਦਾ ਇਲਾਜ ਹੋਇਆ, ਬਾਈ ਰਿਕਾਰਡ, ਮੈਂ ਪੂਰੇ ਰਿਕਾਰਡ ਨਾਲ ਗੱਲ ਕਰਦਾ, ਮੈਂ ਕੋਈ ਐਵੇਂ ਨਹੀਂ ਗੱਲ ਕਰਦਾ, ਉਹਦੇ ਹੋਇਆ ਉਹਦੀ ਆਵਾਜ਼ ਕਿੰਨਾ, ਕਿੰਨੇ ਦਿਨ, 2 ਮਹੀਨੇ ਉਹਦੀ ਆਵਾਜ਼ ਗਈ ਰਹੀ, ਸੱਪ, ਜ਼ਹਿਰੀਲਾ ਸੱਪ ਲੜਿਆ ਉਹਨੂੰ, ਲੋਕਾਂ ਦੇ ਘਰ, ਕਈਆਂ ਦੇ ਘਰਾਂ 'ਚ ਸੱਪ ਵੜੇ ਹੈਗੇ ਆ, ਡੇਂਗੂ ਲੋਕਾਂ ਨੂੰ ਹੋਏ ਆ, ਬਿਮਾਰੀਆਂ ਹੋਰ ਕਾਲੇ ਪੀਲੀਏ ਤੱਕ ਸਾਡੇ ਵਿਹੜੇ ਦੇ ਵਿੱਚ ਲੋਕਾਂ ਦੀਆਂ ਰਿਪੋਰਟਾਂ ਮੇਰੇ ਕੋਲ ਪਈਆਂ ਵਾ, ਮੈਂ ਵਿਦ ਪ੍ਰੂਫ ਗੱਲ ਕਰੂੰਗਾ ਵੀ ਐਵੇਂ ਨਹੀਂ ਗੱਲ ਕਰਦਾ, ਕਾਲੇ ਪੀਲੀਏ ਤੱਕ ਹੋ ਰਹੇ ਆ। ਕਿੰਨੇ ਚਿਰ ਦਾ ਮਸਲਾ, ਜਿਵੇਂ ਕਿ ਪਿਛਲੀਆਂ ਸਰਕਾਰਾਂ ਵੀ ਰਹੀਆਂ ਆ, ਕੋਈ ਪ੍ਰਸ਼ਾਸਨ ਅਧਿਕਾਰੀ ਜੇ ਗੱਲ ਕਰੀਏ, ਕੋਈ ਵਿਜਿਟ ਰਿਹਾ ਉਹਨਾਂ ਦਾ ਇੱਥੇ? ਵੇਖੋ ਜੀ, ਮੇਰੀ 35 ਸਾਲ ਉਮਰ ਹੋ ਗਈ ਆ, ਮੇਰੀ ਹੋਸ਼ 'ਚ ਛੱਪੜ ਤੱਕੀ ਕਿੰਨਾ ਸਾਫ਼ ਨਹੀਂ ਹੋਇਆ ਚੰਗੇ ਢੰਗ ਨਾਲ, ਮੇਰੀ ਆਪਣੀ 35 ਸਾਲ ਉਮਰ ਆ, ਉਹ ਤੋਂ ਪਹਿਲਾਂ ਦਾ ਮੈਨੂੰ ਮੈਂ ਕੁਛ ਨਹੀਂ ਕਹਿ ਸਕਦਾ, ਕਿਉਂਕਿ ਜੋ ਬੱਚਾ ਕੋਈ ਉਮਰ ਆਪਣੀ ਸੰਭਾਲਦਾ ਨਾ, ਏਜ 12-13 ਸਾਲ ਤੋਂ ਬਾਅਦ ਬੱਚੇ ਨੂੰ ਪਤਾ ਲੱਗਣ ਡਿਆ ਪੈਂਦਾ। ਪਰ ਮੇਰੇ ਮੁਤਾਬਕ ਪ੍ਰੋਪਰ ਤਰੀਕੇ ਨਾਲ ਸਾਡੀ ਕਦੇ ਛੱਪੜ ਦੀ ਖਲਾਈ ਨਹੀਂ ਹੋਈ, ਨਾ ਖਲਾਈ ਹੋਈ ਆ, ਨਾਲ ਸਾਨੂੰ ਇਕੱਲੀ ਖਲਾਈ ਦੀ ਨਹੀਂ ਮੰਗ ਅਸੀਂ ਕਰਦੇ, ਖਲਾਈ ਕਰਕੇ ਸਾਡੀ ਜਿਹੜੀ ਸੀਵਰੇਜ ਪਾ ਕੇ ਇਹਨੂੰ ਕਿਤੇ ਪ੍ਰੋਪਰ ਨਿਕਾਸੀ ਕਰਕੇ ਇਹਦੀ ਫੇਰ ਇਹਨੂੰ ਜਿਹੜੀ ਆ ਸਾਡਾ ਛੱਪੜ ਪ੍ਰੋਪਰ ਫੇਰ ਬਣਨਾ ਵਾ, ਨਹੀਂ ਤਾਂ ਇਹ ਸਹੀ ਨਹੀਂ ਰਹਿਣਾ। BDO ਸਾਹਿਬ ਨਾਲ ਕਿੰਨੀ ਕੁ ਵਾਰੀ ਰਾਬਤਾ ਕਰ ਚੁੱਕੇ ਹੋ? BDO ਸਾਹਿਬ ਨੂੰ ਤਾਂ ਪਤਾ ਨਹੀਂ ਕਿੰਨੇ ਐਪਲੀਕੇਸ਼ਨ, ਕਿੰਨੇ BDO ਬਦਲ ਗਏ ਆ, ਇੱਕ BDO ਨਾਲ ਇੱਕ ਐਪਲੀਕੇਸ਼ਨ ਨਹੀਂ ਦਿੱਤੀ,
ਜਿੰਨੇ ਵੀਡੀਓ ਆਏ ਸਾਰਿਆਂ ਨੂੰ ਐਪਲੀਕੇਸ਼ਨ ਦਿੱਤੀਆਂ, ਇਸ ਗੱਲ ਦੀ ਪਹਿਲਾਂ ਵੀ ਖਬਰ ਲੱਗੀ ਸੀ, ਪਰ ਫਿਰ ਵੀ ਕੋਈ ਜਿਹੜਾ ਅਸਰ ਨਹੀਂ ਇਸ ਗੱਲ 'ਤੇ ਹੋਇਆ। ਮਤਲਬ ਕਿ ਅਣਦੇਖੀ ਕੀਤੀ, ਅਣਦੇਖੀ ਕੀਤੀ ਜਾ ਰਹੀ ਆ ਜੀ, ਡਿਸਕ੍ਰਿਮੀਨੇਸ਼ਨ ਕੀਤਾ ਜਾ ਰਿਹਾ ਵਾ ਐਸੀ ਭਾਈਚਾਰੇ ਨਾਲ। ਮੈਂ ਤਾਂ ਇਹ ਗੱਲ ਕਹਿ ਸਕਦਾ ਕਿਉਂਕਿ ਇਹ ਜਿਹੜਾ ਏਰੀਆ ਹੈਗਾ ਨਾ, ਇਹ ਸਾਡਾ ਐਸੀ ਭਾਈਚਾਰੀ ਇਹਦੇ ਹੈਗਾ ਏਰੀਆ ਹੈਗਾ, ਇਹ ਸਾਨੂੰ ਪੱਖਪਾਤ ਕੀਤਾ ਜਾਂਦਾ, ਸਾਨੂੰ ਲੱਗ ਰਿਹਾ ਵਾ, ਲੱਗ ਨਹੀਂ ਸਾਨੂੰ ਯਕੀਨ ਹੋ ਗਿਆ ਵੀ ਇੱਥੇ ਡਿਸਕ੍ਰਿਮੀਨੇਸ਼ਨ ਹੋ ਰਿਹਾ ਵਾ ਐਸੀ ਭਾਈਚਾਰੇ ਦੇ ਨਾਲ ਹੋ ਰਿਹਾ ਵਾ, ਜਿਹੜਾ ਕਿ ਸ਼ੁਰੂ ਤੋਂ ਹੁੰਦਾ ਆ ਰਿਹਾ ਵਾ। ਪਰ ਸਾਡੇ ਲੋਕਾਂ ਨੂੰ ਅਜੇ ਜਾਗਰੂਕ ਬਹੁਤ ਹੋ ਰਹੇ ਆ, ਪਰ ਇਹ ਜਦੋਂ ਉੱਠੇ ਨਾ ਇਹ ਲੋਕ ਉੱਠ ਗਏ ਅਤੇ ਇਹਨਾਂ ਨੇ ਇਹਨਾਂ ਨੂੰ ਮੁੜ ਕੇ ਭੱਜਣ ਨਹੀਂ ਦੇਣਾ ਕਿਸੇ ਬੰਨੇ ਵੀ, ਅਤੇ ਇਸ ਕਰਕੇ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਦਾ ਵੀ ਜੇ ਤੁਹਾਡੀ ਡਿਊਟੀ ਆ ਇਹਨੂੰ ਪਰਫੋਰਮ ਕੀਤਾ ਜਾਵੇ ਪਲੀਜ਼। ਪਾਣੀ ਸਾਡੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਵਾ, ਬੱਚਿਆਂ ਨੂੰ ਵੀ ਸਕੂਲ ਜਾਣ ਦੀ ਬਹੁਤ ਤੰਗੀ ਆ, ਘਰਾਂ ਤੋਂ ਬੱਚੇ ਨਹੀਂ ਅਸੀਂ ਕੱਢਦੇ ਹੈਗੇ, ਹੋਰ ਸਾਡੇ ਸਬਜ਼ੀ ਸੁਬਜ਼ੀ ਲੈਣ ਤੋਂ ਵੀ ਅਸੀਂ ਬਹੁਤ ਜ਼ਿਆਦਾ ਤੰਗ ਆ, ਪਾਣੀ ਬਹੁਤ ਜ਼ਿਆਦਾ ਖਲੋਤਾ ਵਾ। ਪਿੰਡ ਵਡਾਲਾ ਕਲਾਂ ਦੀ ਗੱਲ ਹੈ ਜੀ? ਹਾਂਜੀ ਹਾਂਜੀ, ਪਿੰਡ ਵਡਾਲਾ ਜੀ। ਤੁਸੀਂ ਬੀਡੀਪੀਓ ਨਾਲ ਮਿਲ ਚੁੱਕੇ ਆ ਰਹੀ ਹੈ ਨਾ? ਬਹੁਤ ਵਾਰੀ ਕਹਿ ਚੁੱਕੇ ਆ, ਪਰ ਹੁਣ ਮੰਦਾ ਹਾਲ ਆ, ਹਰ ਵਾਰੀ ਸਰਕਾਰ ਇੱਦਾਂ ਹੀ ਕਰਦੀ ਆ, ਪਿੰਡ ਦੇ ਇੱਦਾਂ ਹੀ ਕਰਦੇ ਆ, ਸਰਪੰਚ ਵੀ ਨਹੀਂ ਕੋਈ ਮਸਲਾ ਸਾਡਾ ਹੱਲ ਕਰਦਾ। ਜਿਹੜੀ ਪੰਚਾਇਤਾਂ ਭੰਗ ਕੀਤੀਆਂ ਹੋਈਆਂ, ਹੁਣ ਤਾਂ ਇਸ ਵੇਲੇ ਨਿਗਰਾਨੀ ਕਰ ਰਹੇ ਪੰਚਾਇਤ ਮਹਿਕਮੇ ਦੀ, ਗੱਲ ਕਰੀਏ ਬੀਡੀਪੀਓ ਰਹੀ ਆ, ਹਾਂਜੀ ਬੀਡੀਪੀਓ ਰਹੀ ਆ ਨਾ, ਕਿੰਨੀ ਕੁ ਵਾਰੀ ਤੁਸੀਂ ਮੰਗ ਕਰ ਚੁੱਕੇ ਆ? ਮੰਗ ਤਾਂ ਬੜੀ ਯਾਰ ਕੀਤੀ ਆ ਵੀਰ ਪਾਣੀ ਨੂੰ ਲੈ ਕੇ। ਹਾਂਜੀ ਹਾਂਜੀ, ਲੰਘਣਾ ਕਿੰਨੇ ਕੁ ਘਰ ਕਹਿ ਸਕਦੇ ਤੁਹਾਡੇ ਲਾਗੇ? ਘਰ ਤਾਂ ਸਾਡੇ ਘੱਟੋ ਘੱਟ ਨਹੀਂ ਤੇ 50 60 150 ਘਰ ਆ, ਲੋਕੀ ਤਾਂ ਡੁੱਬੇ ਅੰਦਰਾਂ ਦੇ ਵਿੱਚ ਪਾਣੀ ਵੜਿਆ ਵਾ। ਜੇ ਨਹੀਂ ਇਹ ਪ੍ਰਸ਼ਾਸਨ ਕੁਝ ਕਰਦਾ ਫਿਰ ਤੁਸੀਂ ਅਗਲਾ ਜਿਹੜਾ ਪੜਾ ਕੀ ਹੋਵੇਗਾ? ਫੇਰ ਸਖਤ ਕਾਰਵਾਈ ਕਰਾਂਗੇ, ਧਰਨੇ ਲਾਵਾਂਗੇ, ਜਾ ਕੇ ਅਸੀਂ ਧਰਨੇ ਲਾਵਾਂਗੇ। ਮੈਨੂੰ ਭਾਜੀ ਮੇਰੇ ਨੋਟਿਸ 'ਚ ਆਇਆ, ਉਹਨਾਂ ਦਾ ਪਤਾ ਲੱਗਿਆ ਅਤੇ ਨਾਲ ਹੀ ਮੈਂ ਫੋਨ ਦੇ ਉੱਤੇ ਬਲਕਿ ਬੀਡੀਪੀਓ ਨੂੰ ਕਿਹਾ, ਬੀਡੀਪੀਓ ਅਵੇਲੇਬਲ ਨਹੀਂ ਸੀਗੇ ਅੱਜ, ਰਹੀਆ ਉਹ ਚੰਡੀਗੜ੍ਹ ਕਿਤੇ ਗਏ ਹੋਏ ਸੀਗੇ, ਅਤੇ ਕੱਲ੍ਹ ਹੀ ਉਹਨਾਂ ਨੇ ਸਾਰੇ ਮੋਟਰਸ ਵਗੈਰਾ ਲਗਾ ਕੇ ਪਾਣੀ ਮਤਲਬ ਉਹਦਾ ਬਾਹਰ ਕਢਵਾ ਦਿਆਂਗੇ, ਬਿਕੋਜ਼ ਉਹ ਜਿਹੜਾ ਛੱਪੜ ਹੈ ਉਹਦੇ 'ਚ ਓਵਰਫਲੋ ਕਰ ਗਿਆ, ਉਹ ਹੋ ਸਕਦਾ ਕਿ ਬਾਰਿਸ਼ ਕਰਕੇ ਜਾਂ ਜ਼ਿਆਦਾ ਬਾਰਿਸ਼ ਕਰਕੇ ਵੀ ਹੋ ਗਿਆ, ਪਰ ਉਹ ਕੱਲ੍ਹ ਤੱਕ ਕਲੀਅਰ ਕਰ ਦੇਗਾ, ਐਜ਼ ਪਰ ਬੀਡੀਪੀਓ ਵਰਜ਼ਨ ਹੋ ਜਾਏਗਾ ਕੱਲ੍ਹ ਕਲੀਅਰ ਹੋ ਜਾਏ। ਲੋਕਾਂ ਦਾ ਕਹਿਣਾ ਹੈ ਕਿ ਐਸਡੀਐਮ ਸਾਹਿਬ ਨੂੰ ਮਿਲੇ ਆ, ਬੀਡੀਪੀਓ ਨੂੰ ਮਿਲੇ ਆ, ਪਰ ਕੋਈ ਇਨਸਾਫ ਦੀ ਨਹੀਂ, ਇਹ ਮੇਰੇ ਨੋਟਿਸ ਚੱਲੇ ਕੋਈ ਨਹੀਂ ਆਇਆ, ਨਾ ਮੇਰੇ ਕੋਲ ਕੋਈ ਆਇਆ ਸੀ, ਮੈਨੂੰ ਤਾਂ ਤੁਹਾਡੇ ਤੋਂ ਜਾਂ ਸੱਜਣਾ ਤੋਂ ਪਤਾ ਲੱਗਿਆ, ਉਸੇ ਟਾਈਮ ਮੈਂ ਇਮੀਡੀਏਟ ਬੀਡੀਪੀਓ ਨੂੰ ਇਨਫੋਰਮ ਕੀਤਾ ਅਤੇ ਕਾਰਵਾਈ ਕਰਨ ਨੂੰ ਕਿਹਾ, ਹਦਾਇਤਾਂ ਜਾਰੀ ਕਰਤੇ। 150 ਦੇ ਕਰੀਬ ਘਰ ਨੇ, ਲੋਕਾਂ ਦਾ ਕਹਿਣਾ ਹੈਗਾ ਪਾਣੀ ਦੇ, ਜਿਹੜੇ ਕਿ ਡੇਂਗੂ ਵੀ ਚੱਲਦਾ ਪਿਆ, ਜਿਹੜੇ ਕਿ ਦੇਖਿਆ ਹੀ ਆਦਮੀ ਨੂੰ ਪਤਾ ਹੀ ਆ, ਫਿਰ ਵੀ ਜਿਹੜੇ ਕਿ ਕੋਈ ਵੀਡੀਓ ਸਾਹਿਬ ਵੱਲੋਂ ਅਣਦੇਖੀ ਕੀਤੀ ਜਾਂਦੀ, ਨਾ ਕਿ ਫੋਨ 'ਤੇ ਹੀ ਰਾਬਤਾ ਕੀਤਾ ਜਾਂਦਾ? ਨਹੀਂ, ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਕੰਪਲੇਂਟ ਐਸ ਸੱਚ ਨਹੀਂ ਆਈ, ਜੇ ਆਉਂਦੀ ਹੈ ਤਾਂ ਉਹਦੇ ਤਹਿਤ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾਏਗੀ, ਜੇ ਬੀਡੀਪੀਓ ਦੀ ਕੋਈ ਗਲਤੀ ਹੈ ਤਾਂ ਉਹਨੂੰ ਬਖਸ਼ਿਆ ਨਹੀਂ ਜਾਏਗਾ।